ਸੀਨੀਅਰ ਕਾਂਗਰਸੀ ਲੀਡਰ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਐਮਐਲਏ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇਵੀਰ ਸਿੰਘ ਰੰਧਾਵਾ ਤੇ ਕੁੱਟਮਾਰ ਅਤੇ ਕਿਡਨਾਪਿੰਗ ਦਾ ਦੋਸ਼ ਲਾਉਣ ਵਾਲੇ ਨੌਜਵਾਨ ਨਰਵੀਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦਰਮਿਆਨ ਕੁੱਟਮਾਰ ਦੀ ਵੀਡੀਓ ਨਸ਼ਰ ਕਰਕੇ ਮਾਮਲਾ ਪਖੰਡ ਤਾ ਵੀਡੀਓ ਦੇ ਵਿੱਚ ਦੋ ਤੋਂ ਤਿੰਨ ਨੌਜਵਾਨ ਨਰਵੀਰ ਨੂੰ ਕੁੱਟਦੇ ਦਿਖਾਈ ਦਿੰਦੇ ਨੇ ਉਸ ਦੇ ਸਰੀਰ ਤੇ ਉੱਪਰਲੇ ਹਿੱਸੇ ਤੇ ਕੱਪੜੇ ਵੀ ਨਹੀਂ ਪਹਿਨੇ ਹੋਏ ਅਤੇ ਨਾਲ ਜਿਹੜੇ ਜਿਹੜੇ ਸੁਰੱਖਿਆ ਕਰਮੀ ਨੇ ਉਹ ਵੀ ਦਿਖਾਈ ਦੇ ਰਹੇ ਨੇ ਨਰਵੀਰ ਸਿੰਘ ਨੇ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੈ ਕਿ ਕੀ ਮੇਰਾ ਸਿਰਫ ਇੱਕ ਸੂਰਸੀ ਕਿ ਮੈਂ ਆਮ ਕਿਸਾਨ ਦੇ ਘਰ ਚ ਪਲਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਨਰਵੀਰ ਨੇ ਕਿਹਾ ਕਿ ਜਦੋਂ ਉਹਨਾਂ ਦੇ ਪੁੱਤਰ ਨੂੰ ਕਿਸੇ ਨੇ ਐਦਾਂ ਕੁੱਟਿਆ ਤਾਂ ਫੇਰ ਉਦੋਂ ਵੀ ਕੀ ਉਹ ਸਟੇਜਾਂ ਤੇ ਇਸ ਤਰ੍ਹਾਂ ਹੀ ਥਾਪੀਆਂ ਦੇਣਗੇ ਕਿਸ ਨੇ ਇੰਟੈਲੀਜੈਂਸਟ ਬੋਲਾ ਉਸ ਨੂੰ ਆਪਨੇ सस्पेंशन ਲੈਟਰ ਕੱਢਦੀ ਆਪ ਐਸੇ ਗੁੰਡੋਂ ਕੋ ਪ੍ਰਮੋਟ ਕਰਨਾ ਚਾਹਤੇ ਆ ਰਾਹੁਲ ਜੀ ਕਿਆ आप बहुत मोहब्बत की दुकान पैदा करना चाहते हैं ये मोहब्बत की दुकान है ऐसे मोहब्बत की दुकान पैदा करोगे मेरा ये कसूर है कि मैं आम परिवार में एक किसान खेती बाड़ी के रिलेटेड में जन्म लिया और इनसे मारपीट करवाए हम राहुल जी आप किसानों को बहुत प्यार करते हो हरियाणा में किसानों के खेतों में जाते हो पर तो लो किसानों के साथ आम लोगों के साथ हो क्या रहा है इधर आप इसमें देखने की बजाय ऐसे लीडर्स लीडर्स को और पावर्स दे रहे हैं। हम इन के के बच्चों से पीट खाने के लिए जन्म लिया है हमने इधर मैं जी जी रिक्वेस्ट करना वीडियो चलाई तो दरअसल एक दिन पंजाब कांग्रेस अमरिंदर उदयवीर बुला के थापी दिखती साल हो गए ਨਰਵੀਰ ਸਿੰਘ ਨੇ ਖੁੱਲੀ ਚੁਣੌਤੀ ਦਿੱਤੇ ਕਿ ਹਾਂ ਕਿ ਮੇਰੇ ਖਿਲਾਫ ਇੱਕ ਵੀ ਚੀਜ਼ ਲਿਆਉਣ ਕਿ ਮੈਂ ਗਲਤਾਂ ਤਾਂ ਮੈਂ ਮਾਫੀ ਮੰਗ ਲੂੰਗਾ ਪਿਛਲੇ 3 ਸਾਲਾਂ ਤੋਂ ਕਹਿੰਦੇ ਮੈਨੂੰ ਇਹ ਟਾਰਚਰ ਕਰ ਰਹੇ ਨੇ ਮੇਰੇ ਮਗਰ ਗੁੰਡੇ ਲਵਾ ਰੱਖੇ ਨੇ ਆਪਣੀ ਪਾਵਰ ਦੀ ਨਜਾਇਜ਼ ਵਰਤੋਂ ਕਰਦੇ ਨੇ ਤੇ ਫਿਰ ਉਲਟਾ ਮੇਰੇ ਤੇ ਹੀ ਪਰਚਾ ਦਰਜ ਕਰਵਾ ਦਿੱਤਾ ਪ੍ਰਸ਼ਾਸਨ ਨੂੰ ਨਰਵੀਰ ਨੇ ਅਪੀਲ ਕੀਤੀ ਹੈ ਕਿ ਉਸ ਵਕਤ ਦੀ ਸੀਸੀਟੀਵੀ ਫੁਟੇਜ ਮੀਡੀਆ ਰਾਹੀਂ ਜਨਤਕ ਕੀਤੀ ਜਾਵੇ ਤਾਂ ਹੀ ਉਹਨੂੰ ਇਨਸਾਫ ਮਿਲ ਸਕੂਗਾ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦਾ ਸਪਸ਼ਟੀਕਰਨ ਦੇ ਦੇਣਾ ਚਾਹਣਾ ਜੀ ਇਹ ਮੇਰੇ ਤੇ ਇਲਜ਼ਾਮ ਲਾ ਰਿਹਾ ਕਿ ਮੈਂ ਪੱਗ ਦੀ ਬੇਅਦਬੀ ਕੀਤੀ ਹੈ ਪੱਗ ਦੀ ਬੇਅਦਬੀ ਇਸ ਸਖਸ਼ ਨੇ ਕੀਤੀ ਹੈ ਜੀ ਕਿ ਪੱਗ ਸਾਨੂੰ ਇਹ ਸਿਖਾਉਂਦੀ ਆ ਵੀ ਬਿਨਾ ਕਿਸੇ ਵਜ੍ਹਾ ਤੋਂ ਕਿਸੇ ਨੂੰ ਆਪਾਂ ਕੁੱਟਮਾਰ ਕਰਕੇ ਸਾਨੂੰ ਪੱਗ ਇਹ ਸਿਖਾਉਂਦੀ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਇਹ ਸਿੱਖ ਹੋਣ ਦੇ ਨਾਤੇ ਇਹਨਾਂ ਨੇ ਪੱਗ ਦੀ ਬੇਅਦਬੀ ਕੀਤੀ ਹੈ ਜੀ ਸਾਨੂੰ ਸਾਡਾ ਧਰਮ ਦੀ ਬਿਲਕੁਲ ਜੀ ਜਦੋਂ ਮੈਂ ਆਪਣੀ ਪ੍ਰੋਟੈਕਸ਼ਨ ਲਈ ਇਹਦੇ ਨਾਲ ਹੱਥਾ ਪਾਈ ਦੇ ਵਿੱਚ ਪਿਆ ਉਸ ਦੇ ਵਿੱਚ ਪੱਗ ਡਿੱਗੀ ਸੀ ਜੀ ਪੱਗ ਦੀ ਬੇਅਦਬੀ ਇਹਨਾਂ ਨੇ ਕੀਤੀ ਹੈ ਪੱਗ ਦੀ ਬੇਅਦਬੀ ਮੈਂ ਨਹੀਂ ਕੀਤੀ ਤੁਹਾਨੂੰ ਤੁਹਾਨੂੰ ਪਤਾ ਸੀ ਵੀ ਫੋਟੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਅਗਰ ਮੇਰੀ ਇੱਕ ਵੀ ਮੂਵਮੈਂਟ ਤੋਂ ਪ੍ਰੂਵ ਹੋ ਜੇ कि ਮੈਨੂੰ ਪਤਾ ਸੀ ਉਹਦੇ ਵੀ ਰੰਦਾਵਾ ਉਸ ਹੋਟਲ ਦੇ ਵਿੱਚ ਆ ਮੈਂ ਆਪਣੀ ਕੰਪਲੇਂਟ ਵਾਪਸ ਲੈਣ ਦੇ ਨਾਲ ਇਹਨਾਂ ਤੋਂ ਮਾਫੀ ਮੰਗੂਗਾ ਨਰਵੀਰ ਸਿੰਘ ਦੇ ਰੰਦਾਵਾ ਦੇ ਪੁੱਤਰ ਦੀ ਦਸਤਾਰ ਦੀ ਬੇਅਦਬੀ ਦੇ ਇਲਜ਼ਾਮ ਨਕਾਰਦਿਆਂ ਆਪਣੀ ਜਾਨ ਨੂੰ ਵੀ ਇਹਨਾਂ ਤੋਂ ਖਤਰਾ ਦੱਸਿਆ ਤੇ ਕਿਹਾ ਕਿ ਜੇ ਉਸ ਦੀ ਜਾਂ ਉਸ ਦੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਸਿਰਫ ਸੁਖਜਿੰਦਰ ਰੰਦਾਵਾ ਤੇ ਉਸ ਦਾ ਪੁੱਤਰ ਉਹਦੇ ਵੀ ਰੰਦਾਵਾ ਹੋਣਗੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਦਖਲ ਦਿਓ ਭਾਰਤ ਵਰਗੇ ਦੇਸ਼ ਵਿੱਚ ਕਹਿੰਦੇ ਮੈਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ ਜਿਵੇਂ ਕਿਸੇ ਹੋਰ ਇਸ ਹੁੰਦਾ ਤਾਂ ਹੁਣ ਤੱਕ ਸ਼ਾਇਦ ਇਨਸਾਫ ਮਿਲ ਜਾਂਦਾ। ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦਾ ਸਪਸ਼ਟੀਕਰਨ ਦੇ ਦੇਣਾ ਚਾਹਣਾ ਜੀ। ਇਹ ਮੇਰੇ ਤੇ ਇਲਜ਼ਾਮ ਲਾ ਰਹੇ ਆ ਕਿ ਮੈਂ ਪੱਗ ਦੀ ਬੇਅਦਬੀ ਕੀਤੀ ਆ। ਪੱਗ ਦੀ ਬੇਅਦਬੀ ਇਸ ਸਖਸ਼ ਨੇ ਕੀਤੀ ਆ ਜੀ। ਕੀ ਪਾਕਿਸਤਾਨ ਨੂੰ ਇਹ ਸਿਖਾਉਂਦੀ ਆ ਵੀ ਬਿਨਾ ਕਿਸੇ ਵਜ੍ਹਾ ਤੋਂ ਕਿਸੇ ਨੂੰ ਆਪਾਂ ਕੁੱਟਮਾਰ ਕਰਕੇ ਸਾਨੂੰ ਪੱਗ ਇਹ ਸਿਖਾਉਂਦੀ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ। ਇਹ ਸਿਖਾਉਣ ਦੇ ਨਾਤੇ ਇਹਨਾਂ ਨੇ ਪੱਗ ਦੀ ਬੇਅਦਬੀ ਕੀਤੀ ਆ ਜੀ ਸਾਨੂੰ ਸਾਡਾ ਧਰਮ ਪੱਗ ਦੀ। ਬਿਲਕੁਲ ਜੀ ਜਦੋਂ ਮੈਂ ਆਪਣੀ ਪ੍ਰੋਟੈਕਸ਼ਨ ਲਈ ਇਹਦੇ ਨਾਲ ਹੱਥਾ ਪਾਈ ਦੇ ਵਿੱਚ ਪਿਆ ਉਸ ਦੇ ਵਿੱਚ ਪੱਗ ਦਿੱਗੀ ਸੀ ਜੀ ਪੱਗ ਦੀ ਬੇਦ ਵੀ ਇਹਨਾਂ ਨੇ ਕੀਤੀ ਹੈ ਪੱਗ ਦੀ ਬੇਦ ਵੀ ਮੈਂ ਨਹੀਂ ਕੀਤੀ ਤੁਹਾਨੂੰ ਤੁਹਾਨੂੰ ਪਤਾ ਸੀ ਉਸ ਹੋਟਲ ਦੇ ਪਿਛੋੜੇ ਵੀ ਪਹਿਲੇ ਮੌਜੂਦ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਅਗਰ ਮੇਰੀ ਇੱਕ ਵੀ ਮੂਵਮੈਂਟ ਤੋਂ ਪ੍ਰੂਵ ਹੋ ਜੇ ਕਿ ਮੈਨੂੰ ਪਤਾ ਸੀ ਉਹਦੇ ਵੀ ਰੰਦਾਵਾ ਉਸ ਹੋਟਲ ਦੇ ਵਿੱਚ ਆ ਮੈਂ ਆਪਣੀ ਕੰਪਲੇਂਟ ਵਾਪਸ ਲੈਣ ਦੇ ਨਾਲ ਇਹਨਾਂ ਤੋਂ ਮਾਫੀ ਮੰਗੂਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੱਖੇ ਵਿਰੋਧ ਦੇ باوجود ਵੀ ਯਾਰੀਆਂ 2 ਫਿਲਮ ਦਾ ਗਾਣਾ ਜਿਹੜਾ ਵਿਵਾਦਿਤ ਗਾਣਾ ਸੋਹਰੇ ਕਰ ਉਸ ਨੂੰ ਹਾਲੇ ਤੱਕ ਟੀ ਸੀਰੀਜ਼ ਕੰਪਨੀ ਨੇ YouTube ਤੋਂ ਨਹੀਂ ਹਟਾਇਆ ਹੈ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਤੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਨਾਲ ਹੀ ਨਾਲ ਜਿਹੜੇ ਸਬੰਧਿਤ ਮੰਤਰਾਲੇ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਗਈ ਹੈ ਤੇ ਹੁਣ ਐਸਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਨੇ ਕਿਹਾ ਕਿ ਅਕਸਰ ਹੀ ਫਿਲਮਾਂ ਦੇ ਵਿੱਚ ਸਿੱਖ ਮਰਿਆਦਾ ਸਿਧਾਂਤਾਂ ਤੇ ਸਿੱਖ ਰਹਿਣੀ ਬਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਪਰ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਹੀ ਨਹੀਂ ਫਿਲਮ ਸੈਂਸਰ ਬੋਰਡ ਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਕਦੇ ਵੀ ਫਿਲਮਾਂ ਦਾ ਨਰੀਖਣ ਹੀ ਨਹੀਂ ਕੀਤਾ ਜਾਂਦਾ ਇਸੇ ਕਰਕੇ ਹੀ ਆਪੋਦਰੀਆਂ ਹਰਕਤਾਂ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਕਰਦੇ ਰਹਿੰਦੇ ਨੇ ਕਹਿੰਦੇ ਯਾਰੀਆਂ 2 ਫਿਲਮ ਦੇ ਗੀਤ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣ ਬੁੱਝ ਕੇ ਤਾਰ-ਤਾਰ ਕੀਤਾ ਗਿਆ ਸਰਕਾਰਾਂ ਫਿਰ ਵੀ ਚੁੱਪ ਨੇ ਲੰਬੇ ਸਮੇਂ ਤੋਂ ਇਸ ਬਾਰੇ ਚ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਆਪਣੇ ਜਿਹੜੇ ਵਿਚਾਰ ਆ ਉਹਦੇ ਦੀ ਆ ਰਹੀ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਵਾਰ ਉਹਦੇ ਚੋਂ ਇੱਕ ਵਾਰ ਦਾ ਮਤਾ ਜਿਹੜਾ ਕਿ 2016 ਦੇ ਵਿੱਚ ਜਿਹੜਾ ਕਿ ਇਹ ਮਤਾ ਜਿਹੜਾ ਜਾਰੀ ਕੀਤਾ ਗਿਆ ਤੇ ਸਰਕਾਰ ਨੂੰ ਭੇਜਿਆ ਗਿਆ ਕਿ ਜਿਹੜਾ ਜਿਹੜਾ ਸੈਂਸਰ ਬੋਰਡ ਆ ਹੁਣ ਮੈਨੂੰ ਇਹ ਦੱਸੋ ਕਿ ਸੈਂਸਰ ਬੋਰਡ ਜਿਹੜਾ ਵਾ ਉਹ ਖਾਲੜਾ ਸਾਹਿਬ ਦੀ ਫਿਲਮ ਤੇ 21 ਕੱਟ ਲਾਉਣ ਦੇ ਲਈ ਤਾਂ ਬਹੁਤ ਚਕੰਨਾ ਕੀ ਉਹਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਜਿਹੜਾ ਥੀ ਸਾਹਿਬ ਵਾਲਾ ਮੁੱਦਾ ਵਾ ਇਹ ਅੱਖਾਂ ਬੰਦ ਕੇ ਬੈਠੇ ਨੇ ਇਥੇ ਸਿਰਫ ਪੈਸੇ ਦਾ ਖੇਲ ਆ ਤੇ ਇਹ ਅਸੀਂ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਇਹਦੇ ਖਿਲਾਫ ਅਸੀਂ ਲੜ ਕੇ ਕਾਰਵਾਈ ਕਰਾਂਗੇ ਜੀ ਹੁਣ ਗੱਲ ਕਰਨੀ ਕੋਈ ਜ਼ਰੂਰੀ ਨਹੀਂ ਜੀ ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਜੀ ਅਸੀਂ ਇੱਕ ਟਵੀਟ ਪਾਤਾ ਤੇ ਅਸੀਂ ਕਿਸੇ ਦੀ ਧਾਰਮਿਕ ਭਾਵਨਾ ਨਾਲ ਖਲਵਾੜ ਹੋਇਆ ਅਸੀਂ ਉਸ ਦੇ ਵਿੱਚ ਗਿਨਾ ਮਾਫੀ ਮੰਗਦੇ ਆ ਸਾਨੂੰ ਇਸ ਗੱਲ ਦੀ ਕੋਈ ਲੋੜ ਨਹੀਂ ਕਾਰਨ ਕੀ ਆ ਵੀ ਇਹ ਜਿਹੜਾ ਕਾਂਡ ਹੋ ਰਿਹਾ ਇਹ ਬਿਲਕੁਲ ਠੀਕ ਆ ਕਿਸੇ ਇਤਿਹਾਸਕ ਘਟਨਾ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਗੱਲ ਕਰਦੇ ਆ ਕੋਈ ਕੁਤਾਹੀ ਹੋ ਜਵੇ ਅਣਜਾਣੇ ਵਿੱਚ ਉਸ ਗੱਲ ਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਆ ਇਹ ਤਾਂ ਇਹਦਾ ਕੰਮ ਹੀ ਇਹ ਹੋ ਗਿਆ ਕਿ ਕਿ ਨਾ ਪੀਣਾ ਪਕੰਮਗਰਾਂ ਦੇ ਖਿਲਾਫ ਜਾਂ ਸਿੱਖੀ ਦੇ ਕਿਸੇ ਮਰਜ਼ਾਦਾ ਦੇ ਖਿਲਾਫ ਤੁਸੀਂ ਚੱਕੋ ਤੇ ਆਪਣੀ ਫਿਲਮ ਦਾ ਪ੍ਰੋਮੋਸ਼ਨ ਕਰੋ ਮੈਂ ਹੈਰਾਨ ਆ ਇਸ ਗੱਲ ਤੇ ਮੈਂ ਮੋਦੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਉਹ ਇੱਕ ਆਪਣੇ ਆਪ ਨੂੰ ਇੱਕ ਧਾਰਮਿਕ ਵੱਡੇ ਆਗੂ ਮੰਨਦੇ ਨੇ ਤੇ ਇਸ ਦੇਸ਼ ਦੀ ਸੰਸਕ੍ਰਿਤੀ ਧਾਰਮਿਕ ਸਭਿਅਤਾ ਨੂੰ ਪ੍ਰਮੋਟ ਵੀ ਕਰਨਾ ਚਾਹੁੰਦੇ ਆ ਤੇ ਅੱਗੇ ਲਿਜਾਣਾ ਚਾਹੁੰਦੇ ਆ ਕਹਿੰਦੇ ਵੀ ਦੁਨੀਆ ਦੇ ਇੱਕ ਨੰਬਰ ਤੌਰ ਤੇ ਬਣਨਾ ਸੀ ਆਪਣੇ ਸੰਸਕਾਰ ਤੌਰ ਤੇ ਮੋਦੀ ਸਾਹਿਬ ਤੁਹਾਡੀ ਸਰਕਾਰ ਦੇ ਅੰਡਰ ਤੁਹਾਡਾ ਜਿਹੜਾ ਸੈਂਸਰ ਬੋਰਡ ਹੈ ਉਹ ਅੱਜ ਕੀ ਕਰ ਰਿਹਾ ਹੈ ਉਹ ਅੱਜ ਧਰਮ ਦੇ ਨਾਲ ਖਿਲਵਾੜ ਕਰ ਰਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਕਾਂਡ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲ ਜੀ ਕਮਲਦੀਪ ਕੌਰ ਰਾਜਵਾਨਾ ਨੇ ਬੀਜੇਪੀ ਦਾ ਕੌਮੀ ਸਖਤਰ ਬਣਨ ਤੇ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦੇਣ ਦੇ ਨਾਲ-ਨਾਲ ਤਿੱਖਾ ਸਵਾਲ ਵੀ ਕੀਤਾ ਹੈ ਕਿ ਕੀ ਹੁਣ ਤੁਸੀਂ ਰਾਜਵਾਨਾ ਦੀ ਰਿਹਾਈ ਦਾ ਮਾਮਲਾ ਸਰਕਾਰ ਕੋਲ ਚੁੱਕੋਗੇ ਆਪਣੀ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਰਾਜਵਾਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਕੀ ਤੁਸੀਂ ਇਹ ਆਵਾਜ਼ ਚੁੱਕੋਗੇ ਹਾਲਾਂਕਿ ਰਾਜਵਾਨਾਂ ਦੀ ਭੈਣ ਦੇ ਇਸ ਸਵਾਲ ਦਾ ਮਨਜਿੰਦਰ ਸਿੰਘ ਸਿਰਸਾ ਨੇ ਖਬਰਾਂ ਪੜੇ ਜਾਣ ਤੱਕ ਕੋਈ ਜਵਾਬ ਤਾਂ ਨਹੀਂ ਦਿੱਤਾ ਸੀ ਪਰ ਉਹ ਆਪਣੇ ਆਪ ਨੂੰ ਨਵਾਂ ਆਉਂਦਾ ਮਿਲਣ ਦੀਆਂ ਖੁਸ਼ੀਆਂ ਜ਼ਰੂਰ ਮਨਾਉਂਦੇ ਦੇਖੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਥੇ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੇ ਹਨ ਜਿਨ੍ਹਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਬੁਕੇ ਦੇ ਕੇ ਸਵਾਗਤ ਕੀਤਾ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਨਾਲ ਹੀ ਬਨਜਿੰਦਰ ਸਿੰਘ ਸਿਰਸਾ ਨੇ ਲਾਲਪੁਰਾ ਨੂੰ ਸਿਕਸ ਐਂਡ ਮੋਦੀ ਅ ਜਰਨੀ ਆਫ 9 ইয়ার্স ਨਾਮ ਦੀ ਜਿਹੜੀ ਕਿਤਾਬ ਹੈ ਉਹ ਵੀ ਭੇਂਟ ਕੀਤੀ ਮਾਫੀਆ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਅਤੇ ਪੀੜਿਤ ਪਰਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਪੀੜਿਤ ਦਿਲਦਾਰ ਸਿੰਘ ਨੇ ਪੁਲਿਸ ਕਮਿਸ਼ਨ ਲੁਧਿਆਣਾ ਦੇ ਮੂਹਰੇ ਦਫ਼ਤਰ ਦੇ ਮੂਹਰੇ ਮਾਰਨ ਵੱਟ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਗੱਲਬਾਤ ਕਰਦਿਆਂ ਕਿਹਾ ਕਿ ਭੂ ਮਾਫੀਆ ਦੀ ਸਿਆਸੀ ਲੋਕਾਂ ਨਾਲ ਸਾਂਝ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਸਿਆਸੀ ਲੋਕਾਂ ਕਾਰਨ ਮਾਫੀਆ ਦੇ ਪ੍ਰਭਾਵ ਦਾ ਪਤਾ ਇਸ ਗੱਲ ਤੋਂ ਸਹਿਜ ਲਾਇਆ ਜਾ ਸਕਦਾ ਹੈ ਕਿ ਸੁਖਵਿੰਦਰ ਸਿੰਘ ਦੀ ਲਾਸ਼ 11 ਅਗਸਤ ਨੂੰ ਲੁਧਿਆਣਾ ਦੇ ਡੀ ਐਮ ਸੀ ਦੀ ਮੋਰਚਰੀ ਚ ਪਈ ਹੈ ਇੱਕ ਨਾਂ ਇਕਰਾਰਨਾਮੇ ਦੀਆਂ ਤਰੀਕਾਂ ਵਿੱਚ ਹੋਈ ਛੇੜਛਾੜ ਬਾਰੇ ਵੀ ਸਪਸ਼ਟ ਹੋ ਚੁੱਕਿਆ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਾਰੇ ਪੰਜਾਬ ਦੇ ਲੋਕ ਆਵਾਜ਼ ਚੁੱਕ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੋਸ਼ੀਆਂ ਨੂੰ ਬਚਾ ਹੀ ਰਹੇ ਨੇ ਤੇ ਹੁਣ ਕਹਿੰਦੇ ਜਦੋਂ ਇਨਸਾਫ ਦੇ ਸਾਰੇ ਰੰਬੰਦ ਹੋ ਚੁੱਕੇ ਨੇ ਤਾਂ ਸਾਡੇ ਕੋਲ ਤੇ ਪਰਿਵਾਰ ਦੇ ਕੋਲ ਮਰਨ ਤੋਂ ਸਿਵਾਏ ਕੋਈ ਰਾਹ ਨਹੀਂ ਬਚਦਾ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਹੈ ਕਿ ਚੀਨ ਦੇ ਵੱਲੋਂ ਜਿਹੜਾ ਨਵਾਂ ਨਕਸ਼ਾ ਜਾਰੀ ਕੀਤਾ ਗਿਆ ਉਹਦੇ ਵਿੱਚ ਅਰਨਾਚਲ ਪ੍ਰਦੇਸ਼ ਅਤੇ ਐਕਸਾਈ ਚੀਨ ਨੂੰ ਆਪਣਾ ਹਿੱਸਾ ਦਿਖਾਉਣ ਦਾ ਮਾਮਲਾ ਕਾਫੀ ਗੰਭੀਰ ਹੈ ਪਰ ਚੀਨ ਨੇ ਪਹਿਲਾਂ ਹੀ ਭਾਰਤ ਦੀ ਜ਼ਮੀਨ ਤੇ ਕਬਜ਼ਾ ਕਰ ਰੱਖਿਆ ਲਦਾਖ ਦੀ ਜ਼ਮੀਨ ਹੜੱਪ ਲਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਤੇ ਬੋਲਣਾ ਚਾਹੀਦਾ ਹੈ ਕਾਂਗਰਸ ਨੇ ਅੱਜ ਇਹ ਵੀ ਦਾਵਾ ਕੀਤਾ ਕਿ ਕੇਂਦਰ ਸਰਕਾਰ ਨੇ 9 ਸਾਲਾਂ ਦੇ ਵਿੱਚ ਐਲਪੀਜੀ ਦੀਆਂ ਕੀਮਤਾਂ ਯਾਨੀ ਕਿ ਗੈਸ ਸਿਲੰਡਰ ਜਿਹੜਾ ਘਰੇਲੂ ਹੈ ਉਹਦੀਆਂ ਕੀਮਤਾਂ ਸਿਰਫ ਵਧਾਈਆਂ ਹੀ ਵਧਾਈਆਂ ਨੇ 185 ਫੀਸਦੀ ਰੇਟ ਵਧਾ ਦਿੱਤੇ ਨੇ 9 ਸਾਲਾਂ ਦੇ ਵਿੱਚ ਹੁਣ ਸਿਰਫ 1.57 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ ਪਾਰਟੀ ਦੀ ਬੁਲਾਰਾ ਤੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪਰੀਆ ਸ਼ਰਨੇਤ ਨੇ ਕਿਹਾ ਕਿ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਯਾਨੀ ਕਿ ਇੰਡੀਆ ਦੀ ਤਾਕਤ ਕਰਕੇ ਸਰਕਾਰ ਨੂੰ ਐਲਪੀਜੀ ਦੀਆਂ ਕੀਮਤਾਂ ਘਟਾਉਣ ਲਈ ਮਜਬੂਰ ਹੋਣਾ ਪਿਆ ਇਹੀ ਬਿਆਨ ਕੱ ਅਸੀਂ ਆਉਣ ਦੇ ਮਹੀਨੇ 9 ਤੇ 10 ਸਤੰਬਰ ਨੂੰ G20 ਦੀ ਜਿਹੜੀ ਬੈਠਕ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਨੇ ਹਿੱਸਾ ਲੈਣ ਦੇ ਲਈ ਕਿਉਂਕਿ ਦੁਨੀਆ ਭਰ ਦੇ ਵੱਡੇ ਲੀਡਰ ਪਹੁੰਚ ਰਹੇ ਨੇ ਦਿੱਲੀ ਦੀਆਂ ਸੜਕਾਂ ਤੇ ਲਾਏ ਗਏ ਕੁਝ ਕੱਟਆਊਟ ਲੋਕਾਂ ਦਾ ਧਿਆਨ ਖਿੱਚ ਰਹੇ ਨੇ ਇਹ ਬਾਂਦਰਾਂ ਦੇ ਕੱਟਆਊਟ ਨੇ ਜੋ ਬਾਂਦਰਾਂ ਨੂੰ ਡਰਾਉਣ ਲਈ ਰੱਖੇ ਗਏ ਨੇ ਲੰਗੂਰਾਂ ਦੇ ਕੱਟਆਊਟ ਲੰਗੂਰਾਂ ਵਾਲੇ ਇਲਾਕਿਆਂ 'ਚ ਰੱਖੇ ਗਏ ਨੇ ਜਿੱਥੇ ਇਹਨਾਂ ਦੀ ਆਬਾਦੀ ਜ਼ਿਆਦਾ ਹੈ ਪ੍ਰਸ਼ਾਸਨ ਨੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਬਾਂਦਰਾਂ ਕਰਕੇ G20 ਸੰਮੇਲਨ ਦੇ ਵਿੱਚ ਕੋਈ ਵਾਲੀ ਲੋਕਾਂ ਨੂੰ ਲੰਗੂਰਾਂ ਦੀਆਂ ਆਵਾਜ਼ਾਂ ਕੱਢਣ ਦੀ ਸਿਖਲਾਈ ਵੀ ਦਿੱਤੀ ਹੈ ਤਾਂ ਜੋ ਬਾਂਦਰਾ ਨੂੰ ਡਰਾਇਆ ਜਾ ਸਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਬਾਂਦਰਾ ਨੂੰ ਪਹਿਲਾਂ ਤੋਂ ਨਿਰਧਾਰਿਤ ਥਾਵਾਂ ਤੇ ਖਾਣਾ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇੱਧਰ ਉੱਧਰ ਖਾਣਾ ਨਾ ਖਲਾਰਨ ਬਣੀਪੁਰ ਦੇ ਵਿੱਚ ਕੱਲ ਇੱਕ ਵਾਰੀ ਫੇਰ ਕੁਕੀ ਜ਼ੋਮੀ ਦੇ ਦੁਬਦਵੇ ਵਾਲੇ ਚੁਰਾ ਚੰਦਪੁਰ ਅਤੇ ਮੇਤੀ ਦੇ ਪ੍ਰਭਾਵ ਵਾਲੇ ਵਿਸ਼ਨਪੁਰ ਜ਼ਿਲ੍ਹਾ ਵਿੱਚ ਸਰਹੱਦ ਤੇ ਗੋਲੀਬਾਰੀ ਚ ਦੋ ਲੋਕ ਮਾਰੇ ਗਏ ਨਸਰਹੱਦੀ ਜ਼ਿਲ੍ਹਾ ਦੇ ਖੋਇਰਨਟੇਕ ਇਲਾਕੇ ਵਿੱਚ ਭਾਰੀ ਗੋਲਾਬਾਰੀ ਹੋਈ ਜਿਸ ਕਾਰਨ ਕਈ ਹੋਰ ਲੋਕ ਜ਼ਖਮੀ ਹੋ ਗਏ ਮੰਗਲਵਾਰ ਨੂੰ ਮਣੀਪੁਰ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਬੁਲਾਇਆ ਗਿਆ ਸੀ ਜਿਸਲਾਸ ਕੁਝ ਮਿੰਟਾਂ ਬਾਅਦ ਹੀ ਮੁਲਤਵੀ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਘਟਨਾ ਸਵੇਰੇ 6:30 ਵਜੇ ਸ਼ੁਰੂ ਹੋਈ ਦੇਰ ਰਾਤ ਤੱਕ ਜਾਰੀ ਰਹੀ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਪੁਲਿਸ ਨੇ ਕੱਲ ਇਸਰੋ ਦਾ ਇੱਕ ਵਿਗਿਆਨੀ ਹੋਣ ਦਾ ਦਾਵਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਿਤੁਲ ਤ੍ਰਿਵੇਦੀ ਨਾਂ ਦਾ ਵਿਅਕਤੀ ਮੀਡੀਆ ਨੂੰ ਇੰਟਰਵਿਊ ਦੇ ਰਿਹਾ ਸੀ ਤੇ ਖੁਦ ਨੂੰ ਇਸਰੋ ਦਾ ਵਿਗਿਆਨੀ ਦੱਸ ਰਿਹਾ ਸੀ। ਮਿਤੁਲ ਦਾਵਾ ਕਰ ਰਿਹਾ ਸੀ ਕਿ ਉਹਨਾਂ ਨੇ ਚੰ드ਰੀਆਨ 3 ਦਾ ਲੈਂਡਰ ਮੋਡਿਊਲ ਡਿਜ਼ਾਈਨ ਕੀਤਾ ਸੀ ਪਰ ਇਹ ਇੱਕ ਫੇਕ ਵਿਗਿਆਨੀ ਨਿਕਲਿਆ। ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਾਂਗਰਸ ਲੀਡਰ ਅਦੀਰ ਰੰਜਨ ਚੌਧਰੀ ਨੂੰ ਲੋਕ ਸਭਾ ਦੇ ਵਿੱਚ ਟਿੱਪਣੀਆਂ ਤੇ ਵਿਵਹਾਰ ਦੇ ਲਈ ਹੇਟ ਲੇਸਾਦਨ ਚੋਂ ਮੁਅਤਲੀ ਨੂੰ ਰੱਦ ਕਰਨ ਦੀ ਸਿਫਾਰਿਸ਼ ਤੇ ਪ੍ਰਸਤਾਵ ਨੂੰ ਮਨਜ਼ੂਰੀ ਇਹ ਸੁਤ੍ਰਮਤਾ ਕਿਸ ਪ੍ਰਸਤਾਵ ਨੂੰ ਛੇਤੀ ਹੀ ਲੋਕ ਸਭਾ ਸਪੀਕਰ ਓਮ ਵਿਰਲਾ ਦੇ ਕੋਲ ਵਿਚਾਰ ਲਈ ਭੇਜਿਆ ਜਾਵੇਗਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਚੌਧਰੀ ਨੂੰ ਇਸ ਮਾਮਲੇ 'ਚ ਆਪਣਾ ਪੱਖ ਪੇਸ਼ ਕਰਨ ਦੇ ਲਈ ਬੁਲਾਇਆ ਸੀ ਆਮ ਆਦਮੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਨਹੀਂ ਹਨ ਇਸ ਤੋਂ ਪਹਿਲਾਂ ਪਾਰਟੀ ਬੁਲਾਰਾ ਪ੍ਰਿਆੰਕਾ ਕੱਕੜ ਨੇ ਅਰਵਿੰਦ ਕੇਜਰੀਵਾਲ ਦੇ ਦਾਅਵੇ ਬਾਰੇ ਗੱਲ ਕੀਤੀ ਸੀ ਦਰਅਸਲ ਇਹ ਸਾਰੀਆਂ ਬਿਆਨਬਾਜ਼ੀਆਂ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਮੁੰਬਈ ਦੇ ਵਿੱਚ ਦੋ ਦਿਨਾਂ ਮੀਟਿੰਗ ਉਸ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਨੇ ਕਰਨਾਟਕਾ ਸਰਕਾਰ ਨੇ ਏਪੀਐਲ ਤੇ ਬੀਪੀਐਲ ਕਾਰਡ ਧਾਰਕ ਪਰਿਵਾਰਾਂ ਦੀਆਂ 1 ਕਰੋੜ ਤੋਂ ਵੱਧ ਮਹਿਲਾ ਮੁਖੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਲਈ ਅੱਜ ਤੋਂ ਸੂਬਾ ਭਰ ਦੇ ਵਿੱਚ ਗ੍ਰਹਿ ਲక్ష్ਮੀ ਯੋਜਨਾ ਸ਼ੁਰੂ ਕਰ ਦਿੱਤੀ ਹੈ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਵਕਫ ਬੋਰਡ ਦੀਆਂ 123 ਜਾਇਦਾਦਾਂ ਨੂੰ ਵਾਪਸ ਲੈਣ ਲਈ ਨੋਟਿਸ ਜਾਰੀ ਕੀਤਾ ਹੈ ਇਹਨਾਂ ਦੇ ਵਿੱਚ ਦਿੱਲੀ ਦੀ ਜਾਮਾ ਮਸਜਿਦ ਵੀ ਸ਼ਾਮਲ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਦੀ ਸਰਕਾਰ ਵੇਲੇ ਜਾਮਾ ਮਸਜਿਦ ਵਕਫ ਬੋਰਡ ਨੂੰ ਦਿੱਤੀ ਗਈ ਸੀ ਹੁਣ ਸਰਕਾਰ ਦਿੱਲੀ ਦੀਆਂ 123 ਅਹਿਮ ਜਾਇਦਾਦਾਂ ਵਾਪਸ ਲੈ ਲਵੇਗੀ ਮੰਤਰਾਲੇ ਨੇ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਤੇ ਉਖਲਾ ਦੇ ਵਿਧਾਇਕ ਅਮਾਨਉ ਤੱਕ ਅਮਾਨਤ ਖਾਨ ਨੂੰ ਚਿੱਠੀ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ 2 ਵੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੁਣ ਮੰਤਰਾਲੇ ਨੇ ਦਿੱਲੀ ਵਕਫ ਬੋਰਡ ਦੀਆਂ ਇਹ ਜਾਇਦਾਦਾਂ ਆਪਣੇ ਕਬਜ਼ੇ 'ਚ ਲੈਣ ਦਾ ਫੈਸਲਾ ਕੀਤਾ ਹੈ ਜਾਇਦਾਦਾਂ ਦੇ ਵਿੱਚ ਦਰਗਾਹ ਕਬਰਿਸਤਾਨ ਤੇ ਮਸਜਿਦ ਵੀ ਸ਼ਾਮਲ ਨੇ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੋਂ ਹੈ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਭੇਤ ਦੇ ਕਥਿਤ ਖੁਲਾਸੇ ਨਾਲ ਸੰਬੰਧਿਤ ਮਾਮਲੇ 'ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਿਆਂਇਕ ਰਿਮਾਂਡ ਅੱਜ 13 ਸਤੰਬਰ ਤੱਕ ਹੋਰ ਵਧਾ ਦਿੱਤਾ ਹੈ ਜੱਜ ਅਬੂਲ ਹਸਨਤ ਜ਼ੁਲਕਾਰਨੈਨ ਸੁਣਵਾਈ ਕਰਨ ਦੇ ਲਈ ਪੰਜਾਬ ਦੇ ਅਟਕ ਜੇਲ੍ਹ ਦੇ ਵਿੱਚ ਪਹੁੰਚੇ ਯਾਨਕਿ ਸੁਣਵਾਈ ਖਾਸ ਤੌਰ ਤੇ ਕਰਨ ਜੇਲ੍ਹ ਦੇ ਵਿੱਚ ਕਰਨ ਦੇ ਲਈ ਉੱਥੇ ਅਦਾਲਤ ਲਾਈ ਗਈ ਗ੍ਰਹਿ ਮੰਤਰਾਲੇ ਵੱਲੋਂ ਪ੍ਰਗਟਾਈ ਸੁਰੱਖਿਆ ਚਿੰਤਾਵਾਂ ਦੇ ਕਾਰਨ ਇੱਥੇ ਜੇਲ੍ਹ ਦੇ ਵਿੱਚ ਹੀ ਅਦਾਲਤ ਲਾਈ ਗਈ ਇੰਡੋਨੇਸ਼ੀਆ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ અપਮਾਨ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਇੱਕ ਸਕੂਲ ਦੇ ਵਿੱਚ ਗਲਤ ਤਰੀਕੇ ਨਾਲ ਹਿਜਾਬ ਪਹਿਨ ਕੇ ਆਈਆਂ 14 ਵਿਦਿਆਰਥਣਾਂ ਨੂੰ ਗੰਜਾ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਦੋਸ਼ੀ ਸਕੂਲ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ AFP ਦੀ ਰਿਪੋਰਟ ਦੇ ਮੁਤਾਬਕ ਪ੍ਰਸ਼ਾਸਨ ਨੇ ਇਸ ਘਟਨਾ ਦੀ ਮਾਫੀ ਵੀ ਮੰਗ ਲਈ ਹੈ ਪਤਾ ਲੱਗਾ ਕਿ ਇੰਡੋਨੇਸ਼ੀਆ ਦੇ ਰੂੜੀਵਾਦੀ ਇਲਾਕਿਆਂ ਦੇ ਵਿੱਚ ਮੁਸਲਮ ਅਤੇ ਗੈਰ ਮੁਸਲਮ ਕੁੜੀਆਂ ਸਾਰੀਆਂ ਕੁੜੀਆਂ ਨੂੰ ਹਰ ਤਰ੍ਹਾਂ ਦੀਆਂ ਕੁੜੀਆਂ ਨੂੰ ਸਾਲਾਂ ਤੋਂ ਹਿਜਾਬ ਪਹਿਨਣ ਦੇ ਲਈ ਮਜਬੂਰ ਕੀਤਾ ਜਾਂਦਾ ਜਿਸ ਤੋਂ ਬਾਅਦ 2021 ਵਿੱਚ ਸਕੂਲਾਂ ਦੇ ਵਿੱਚ ਡਰੈਸ ਕੋਡ ਨੂੰ ਲੈ ਕੇ ਅਹਿਮ ਕਦਮ ਵੀ ਚੁੱਕੇ ਗਏ ਨੇ ਤੇ ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਇਸ ਤੋਂ ਬਾਅਦ ਜਿੱਥੇ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਸਕੂਲ ਨੇ ਅਫਸੋਸ ਵੀ ਪ੍ਰਗਟ ਕੀਤਾ